ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਸ਼ੋਅ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੰਜਾਬੀ ਲਿਰਿਸਿਸਟ ਹੈਰੀ ਕਾਲੋ ਜੀ ਦੇ ਨਾਲ। ਹੈਰੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਸਰ, ਜੇ ਗੱਲ ਕਰੀਏ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੀ, ਕਿੱਥੋਂ ਦੇ ਰਹਿਣ ਵਾਲੇ ਹੋ ਔਰ ਫੈਮਿਲੀ 'ਚ ਕੌਣ ਕੌਣ? ਮੇਰਾ ਬਟਾਲੇ ਲਾਗੇ ਪਿੰਡ ਆ ਦਾਦੂਵਾਲ, ਐਂਡ ਫੈਮਿਲੀ ਵਿੱਚ ਬ੍ਰਦਰ ਆ ਐਂਡ ਮੋਮ ਡੈਡ ਜੀ। ਸਰ, ਇੱਕ ਗੱਲ ਜੇ ਅਸੀਂ ਪੁੱਛੀਏ ਕਿ ਲਿਰਿਸਿਸਟ ਮੋਸਟਲੀ ਜਿਹੜੇ ਹੁੰਦੇ ਉਹਨਾਂ ਨੂੰ ਨਾ ਘੱਟ ਨਾਮ ਮਿਲਦਾ, ਮਤਲਬ ਉਹਨਾਂ ਦੀ ਫੇਮ ਘੱਟ ਹੁੰਦੀ ਹੈ, ਸਿੰਗਰਸ ਇੱਕਦਮ ਪਾਪੂਲਰ ਹੋ ਜਾਂਦੇ ਨੇ, ਲਿਰਿਸਿਸਟ ਦਾ ਨਾਮ ਕਿਧਰੇ ਨਾ ਕਿਧਰੇ ਛੁਪਿਆ ਰਹਿ ਜਾਂਦਾ ਹੈ। ਜਦੋਂ ਤੁਸੀਂ ਸੋਚਿਆ ਇਸ ਲਾਈਨ ਵਿੱਚ ਆਉਣ ਦਾ, ਫੈਮਿਲੀ ਦੀ ਕਿੰਨੀ ਕੁ ਸਪੋਰਟ ਸੀਗੀ? ਐਕਚੁਲੀ ਜਿਹੜਾ ਸਟਾਰਟ ਮੈਂ ਕੀਤਾ ਸੀ, ਮੈਂ ਘਰੇ ਅਖਬਾਰ ਇੱਕ ਲਗਵਾਈ ਹੁੰਦੀ ਸੀ ਨਵੀਂ ਨਵੀਂ ਪੰਜਾਬੀ ਜਾਗਰਣ ਹੋਈ, ਅਤੇ ਉਸ ਦੇ ਵਿੱਚ ਮੈਨੂੰ ਸ਼ੌਂਕ ਹੁੰਦਾ ਸੀ ਕਿ ਮੈਂ ਪੋਇਮ ਲਿਖਵਾਉਣੀ ਆ ਜੀ। ਉਹ ਪੋਇਮ ਦਾ ਮੈਨੂੰ ਸ਼ੌਂਕ ਹੁੰਦਾ ਸੀ, ਮੈਂ ਡੈਡ ਨੂੰ ਬਹੁਤ ਵਾਰ ਕਿਹਾ ਕਿ ਮੇਰੀ ਪੋਇਮ ਵਿੱਚ ਲਗਵਾਓ ਬਟ ਉਹ ਥੋੜ੍ਹਾ ਅਨਪ੍ਰੋਫੈਸ਼ਨਲ ਸ਼ਾਇਦ ਹੋਊਗਾ ਉਸ ਟਾਈਮ, ਤਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਜਿੱਦਾਂ ਫੇਸਬੁੱਕ ਚਲਾਉਂਦਾ ਹੁੰਦਾ ਸੀ, ਉਸ ਤੋਂ ਬਾਅਦ ਮੈਨੂੰ ਉੱਥੇ ਦੋ ਤਿੰਨ ਮੁੰਡਿਆਂ ਨੇ ਮੈਨੂੰ ਹਰਿਆਣੇ ਦੇ ਮੁੰਡੇ ਸੀ ਜਿਨ੍ਹਾਂ ਨੇ ਮੈਨੂੰ ਥੋੜ੍ਹਾ ਫੋਲੋ ਕੀਤਾ, ਉਸ ਤੋਂ ਬਾਅਦ ਮੇਰੇ ਕੋਲ ਗਾਣਾ ਲਿਆ, ਉਸ ਤੋਂ ਬਾਅਦ ਸਟਾਰਟ ਹੋਇਆ ਕੰਮ। ਐਂਡ ਮੈਂ ਸ਼ੁਰੂ ਤੋਂ ਹੀ ਕਿਸੇ ਨੂੰ ਫ੍ਰੀ ਗਾਣਾ ਨਹੀਂ ਸੀ ਦਿੱਤਾ, ਐਂਡ ਸ਼ੁਰੂ ਤੋਂ ਭਾਵੇਂ ਮੈਂ 5-6 ਹਜ਼ਾਰ ਤੋਂ ਸਟਾਰਟ ਕਰਤਾ ਸੀ ਉਹਨਾਂ ਦਿਨਾਂ 2013 'ਚ ਜੀ, ਉਹਨਾਂ ਦਿਨਾਂ 5-6 ਹਜ਼ਾਰ ਵੀ ਸੀ ਲਿਰਿਸਿਸਟ ਵਾਸਤੇ ਬਹੁਤ ਹੁੰਦਾ ਸੀ। ਉਸ ਤੋਂ ਬਾਅਦ ਹੀ ਮੈਂ ਪੈਸੇ ਦੇਣੇ ਸਟਾਰਟ ਕਰਤੇ ਸੀ ਘਰਦਿਆਂ ਦੀ, ਉਹ ਵੀ ਸਪੋਰਟ ਪੂਰੀ ਸੀ। ਐਂਡ ਜੋਬ ਜਿਹੜੀ ਹੈਗੀ ਸੀ, ਜੋਬ ਤਾਂ ਮੋਸਟਲੀ ਮਿਲੀ ਸੀ ਬਟ ਉਹ ਮੈਂ ਇਸੇ ਕੰਮ ਕਰਕੇ ਛੱਡਤੀ ਸੀ ਜੀ। ਤੁਸੀਂ ਜੋਬ ਵੀ ਕਰਦੇ ਸੀਗੇ, ਜਦੋਂ ਜੋਬ ਕਰਦੇ ਸੀ ਤੇ ਨਾਲ ਨਾਲ ਲਿਖਦੇ ਵੀ ਸੀਗੇ, ਔਖਾ ਲੱਗਦਾ ਸੀਗਾ ਦੋਨੋਂ ਚੀਜ਼ਾਂ ਮੈਨੇਜ ਕਰਨਾ? ਨਹੀਂ, ਐਕਚੁਅਲੀ ਮੇਰੇ ਮਾਈਂਡ 'ਚ ਜੋਬ ਘੱਟ ਚੱਲਦੀ ਐਂਡ ਦਿਨ ਰਾਤ ਲਿਰਿਕਸ ਚੱਲਦੇ ਆ ਬਸ, ਹੋਰ ਕੁਛ ਚੱਲਦਾ ਨਹੀਂ। ਐਂਡ ਮੇਰਾ ਮਾਈਂਡ ਕਿਸੇ ਲਈ ਮੈਂ ਜੋਬ ਕਰ ਨਹੀਂ ਸਕਦਾ, ਐਕਚੁਅਲੀ ਮੇਨ ਗੱਲ ਇਹ। ਐਂਡ ਜੇ ਮੈਂ ਕਰਦਾ ਵੀ ਰਿਹਾ ਸੀ ਜੋਬ ਤਾਂ ਉਸ ਟਾਈਮ ਮੈਨੂੰ ਜੋਬ ਜਿਹਨੂੰ ਕੋਈ ਇੰਟਰਸਟ ਨਹੀਂ ਸੀ ਹੈਗਾ, ਉਹ ਮਾਈਂਡ 'ਚ ਉਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀ ਜੀ। ਤੁਸੀਂ ਹੁਣ ਤੱਕ ਬਹੁਤ ਸਾਰੇ ਸੌਂਗ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਤੇ, ਕਿਹੜੇ ਕਿਹੜੇ ਸੌਂਗ ਤੁਹਾਡੇ ਕਿਹੜੇ ਕਿਹੜੇ ਸਿੰਗਰਸ ਨੇ ਗਾਏ? ਮੇਰਾ ਫਸਟ ਸੌਂਗ ਜਿਹੜਾ ਪ੍ਰੋਫੈਸ਼ਨਲੀ ਆਇਆ ਸੀ ਇੱਕ ਵੀਡੀਓ ਸੌਂਗ, ਐਂਡ ਉਹ ਪ੍ਰੋਫੈਸ਼ ਦੀ ਆਵਾਜ਼ ਸੀ, ਬ੍ਰੋਕਨ ਸਟਾਰਸ ਸੌਂਗ ਸੀ ਜੀ। ਐਂਡ ਉਸ ਤੋਂ ਬਾਅਦ ਕਾਫੀ ਸੌਂਗ ਆਉਂਦੇ ਰਹੇ ਆ, ਉਸ ਤੋਂ ਬਾਅਦ ਆਪਣੇ ਟਰਬਮ ਬੀਟਸ ਨਾਲ ਮੇਰੀ ਮੁਲਾਕਾਤ ਹੋਈ ਸੀ, ਉਸ ਤੋਂ ਉਹਨਾਂ ਦੇ ਵਿੱਚ ਕਾਫੀ 7-8 ਸੌਂਗ ਆਏ ਸਾਡੇ, ਜਿਨ੍ਹਾਂ 'ਚੋਂ ਇੱਕ ਕਾਫੀ ਹਿੱਟ ਰਿਹਾ ਸੀ ਤਾਰੇ ਤਾਰੇ ਸੌਂਗ, MP3 ਸੀ ਬਟ ਕਾਫੀ ਵਾਇਰਲ ਹੋ ਗਿਆ ਸੀ। ਐਂਡ ਉਸ ਤੋਂ ਬਾਅਦ ਇੱਕ ਰਣਬੀਰ ਦਾ ਗਾਣਾ ਆਇਆ ਸੀ ਕਦੇ ਤੋਂ ਦੋਵੇਂ, ਉਹਦੇ ਵਿੱਚ ਮੈਂ ਥੋੜ੍ਹਾ ਲਿਖਿਆ ਸੀ, ਹਾਫ ਲਿਖਿਆ ਸੀ ਉਹ। ਐਂਡ ਇੱਕ ਬੁਰਰਾ ਵਾਲੇ ਗਾਣਾ ਆਇਆ ਗੈਰੀ ਧਾਲੀਵਾਲ ਭਾਈ ਨਾਲ ਉਹਨਾਂ ਦਾ, ਐਂਡ ਹੋਰ ਕਾਫੀ ਸੌਂਗ ਆਏ, ਐਂਡ ਅੱਗੇ ਕਾਫੀ ਆ ਰਹੇ ਹੁਣ। ਤੁਸੀਂ ਦੱਸਿਆ ਕਿ ਬਹੁਤ ਸਾਰੇ ਸੌਂਗ ਤੁਸੀਂ ਕਰ ਚੁੱਕੇ ਹੋ, ਤੁਹਾਡਾ ਆਪਣਾ ਫੇਵਰੇਟ ਸੌਂਗ ਕਿਹੜਾ ਹੈ ਜਿਹਦੇ ਤੇ ਤੁਹਾਨੂੰ ਲੱਗਿਆ ਹੋਵੇ ਕਿ ਆਰਟਿਸਟ ਨੇ ਪੂਰਾ ਤੁਹਾਡੇ ਕੰਮ ਨਾਲ ਜਸਟਿਸ ਕੀਤਾ? ਫਸਟ ਸੌਂਗ ਹੀ ਮੇਰਾ ਸੀ ਜਿਹੜਾ ਹੈਗਾ ਸੀ ਪ੍ਰੋਫੈਸ਼ ਦੀ ਆਵਾਜ਼ ਸੀ, ਬ੍ਰੋਕਨ ਸਟਾਰਸ, ਬਹੁਤ ਸੋਹਣਾ ਸੀ, ਕੰਪੋਜ਼ ਬਹੁਤ ਟਫ ਸੀ ਪਰ ਉਹ ਭਾਅ ਜੀ ਨੇ ਸਿੱਖਿਆ ਸੀ ਬਹੁਤ ਜ਼ਿਆਦਾ। ਉਸ ਤੋਂ ਬਾਅਦ ਉਹਨਾਂ ਬਹੁਤ ਵਧੀਆ ਗਾਇਆ ਸੀ, ਐਂਡ ਤਾਰੇ ਲਾਰੇ ਗਾਣਾ ਹੋ ਗਿਆ ਇੱਕ ਬੁਰਰਾ ਵਾਲੇ, ਐਂਡ ਮੋਸਟਲੀ ਹੋਰ ਬਹੁਤ ਸੈਡ ਸੌਂਗ ਜਿਹੜੇ ਕੀਤੇ ਆਪਾਂ ਸਾਰੇ ਵਧੀਆ ਰਹੇ ਜੀ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਜਿਹੜਾ ਬੰਦਾ ਲਿਖਦਾ ਉਹ ਆਪਣੀ ਫੀਲਿੰਗਸ ਲਿਖਦਾ ਜਾਂ ਆਸ ਪਾਸ ਦੇ ਮਾਹੌਲ ਨੂੰ ਦੇਖ ਕੇ ਲਿਖਦਾ, ਪਰ ਜਦੋਂ ਪ੍ਰੋਫੈਸ਼ਨਲੀ ਇਹ ਚੀਜ਼ ਅਸੀਂ ਅਪਣਾ ਲਈਏ, ਅਸੀਂ ਕਿਸੇ ਦੇ ਕਹਿਣ 'ਤੇ ਵੀ ਲਿਖਦੇ ਹਾਂ, ਤੁਹਾਡਾ ਲਿਖਣ ਦਾ ਸਟਾਈਲ ਕੀ ਹੈ? ਮੇਰਾ ਸਟਾਈਲ ਮੋਸਟਲੀ ਮੈਂ ਵਰਕ ਬੇਸ 'ਤੇ ਕਰਦਾ, ਪਹਿਲਾਂ ਤਾਂ ਚਲੋ ਹੁੰਦਾ ਜਜ਼ਬਾਤ ਜੋ ਬੰਦੇ ਦੇ ਇਮੋਸ਼ਨਸ ਹੁੰਦੇ ਆ ਉੱਦਾਂ ਵੀ ਲਿਖ ਲਈਦਾ, ਬਟ ਅੱਜ ਕੱਲ੍ਹ ਤਾਂ ਮੋਸਟਲੀ ਹੋ ਗਿਆ ਬੰਦੇ ਕਹਿ ਦਿੰਦੇ ਭਾਅ ਜੀ ਸਾਨੂੰ ਰੈਫਰੈਂਸ ਇੱਦਾਂ ਦੀ ਇੱਦਾਂ ਦਾ ਗਾਣਾ ਚਾਹੀਦਾ, ਅਤੇ ਉਹ ਐਟ ਏ ਟਾਈਮ ਆਪਾਂ ਲਿਖਦੇ ਨੇ, ਮੈਂ ਮੋਸਟਲੀ ਬੀਟਸ 'ਤੇ ਲਿਖਦਾ ਜੀ, ਮਿਊਜ਼ਿਕ ਲਗਾ ਕੇ ਨਾਲ ਦੀ ਨਾਲ ਹੀ ਉਸੇ ਵੇਲੇ ਲਿਖ ਲਈਦਾ ਜੀ। ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਜਿਹੜੇ ਲਿਰਿਸਿਸਟ ਹੁੰਦੇ ਉਹ ਵੀ ਹੁਣ ਮਿਊਜ਼ਿਕ ਲਾਈਨ ਵਿੱਚ ਆ ਰਹੇ ਐਜ਼ ਅ ਸਿੰਗਰ ਸਾਹਮਣੇ ਆ ਰਹੇ, ਤੁਹਾਡਾ ਕੀ ਪਲਾਨ ਹੈ? ਪਲੈਨ ਮੈਂ ਕੀਤੇ ਹੋਏ ਇੱਕ ਦੋ ਗਾਣੇ ਬਣੇ ਪਏ ਹੈਗੇ ਆ, ਬਾਕੀ ਕਰਾਂਗੇ ਵੀ ਹੋਰ। ਫਸਟਲੀ ਜਿਹੜਾ ਡਿਮਾਂਡ ਲਿਰਿਕਸ ਦੀ ਬਹੁਤ ਜ਼ਿਆਦਾ ਹੈ, ਹਾਂਜੀ ਹਾਂਜੀ, ਤਾਂ ਕਰਕੇ ਇਹਦੇ 'ਚ ਚੱਲ ਰਿਹਾ, ਬਾਕੀ ਜਲਦੀ ਕਰਾਂਗੇ, ਜਨਵਰੀ ਫਰਵਰੀ 'ਚ ਆਪਣਾ ਵੀ ਕਰਾਂਗੇ ਕੋਈ ਨਾ ਕੋਈ ਟ੍ਰੈਕ ਜੀ। ਤੁਸੀਂ ਇੰਨੇ ਸਾਰੇ ਸੌਂਗ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਤੇ, ਤੁਹਾਡਾ ਆਪਣਾ ਫੇਵਰੇਟ ਲਿਖਿਆ ਆਪ ਲਿਖਿਆ ਹੋਇਆ ਕਿਹੜਾ ਸੌਂਗ? ਆਪਣਾ ਫੇਵਰੇਟ ਤਾਂ ਸਾਰੇ ਹੀ ਹੁੰਦੇ ਆ ਬੰਦੇ ਨੂੰ, ਫਿਰ ਵੀ ਕੋਈ ਇੱਕ ਜੋ ਦਿਲ ਦੇ ਸਭ ਤੋਂ ਕਰੀਬ ਰਹੇਗਾ ਹਮੇਸ਼ਾ ਰਹੇਗਾ, ਉਹ ਮੇਰਾ ਗਾਣਾ ਇੱਕ 2 ਦਿਨ ਸੈਡ ਸੌਂਗ ਹੈਗੇ ਜਿਹੜੇ ਆ ਰਹੇ, ਜਲਦੀ ਆ ਰਹੇ, ਇੱਕ ਤਾਂ ਆ ਰਿਹਾ ਰਣਬੀਰ ਦੀ ਆਵਾਜ਼ 'ਚ ਆ ਜੀ, ਉਹ ਜਲਦੀ ਆ ਰਿਹਾ, ਜਨਵਰੀ 'ਚ ਰਿਲੀਜ਼ ਹੋਏਗਾ, ਉਸ ਤੋਂ ਬਾਅਦ ਇੱਕ ਕੋਈ ਹੋਰ ਕਰਕੇ ਗਾਣੇ ਦਾ ਨਾਮ ਹੈ ਸੈਡ ਸੌਂਗ ਆ, ਉਹ ਵੀ ਆ ਰਿਹਾ, ਐਂਡ ਹੋਰ ਪ੍ਰੋਪਰ ਜੱਟ ਹੈ, ਗੁੱਚੀ ਹੈ, ਸਾਰੇ ਫੇਵਰੇਟ ਹੀ ਆ ਰਹੇ ਸੀ। ਪਰ ਕੋਈ ਇੱਕ ਜੇ ਚੂਜ਼ ਕਰਨਾ ਹੋਵੇ, ਜਿਹੜੇ ਤੁਹਾਡੇ ਆ ਚੁੱਕੇ ਉਹਨਾਂ 'ਚੋਂ ਕੋਈ ਇੱਕ ਚੂਜ਼ ਕਰਨਾ ਹੋਵੇ, ਉਹਦੇ ਵਿੱਚ ਤਾਰੇ ਲਾਰੇ ਜਿਹੜਾ ਸੀ ਮੇਰਾ ਫੇਵਰੇਟ ਗਾਣਾ ਸੀ ਵੈਸੇ ਜੀ, ਹਾਂਜੀ, ਬੁਰਰਾ ਵਾਲੇ ਗਾਣਾ ਸੀ, ਦੋ ਲਾਈਨਾਂ ਜੇ ਸਾਨੂੰ ਸੁਣਾ ਸਕੋ ਗਾ ਕੇ ਜਾਂ ਬੋਲ ਕੇ ਜਿਵੇਂ ਵੀ। ਕੱਲੀ ਹੋ ਕੇ ਚੱਲੀ ਹੋਗੀ, ਕੱਲੀ ਹੋਣ ਦਾ ਵਿਚਾਰ ਸੀ, ਨਾ ਭੁਲਾ ਸਕੀ ਕਿਉਂ ਮੈਨੂੰ ਭੁੱਲ ਜਾਣ ਦੀ ਉਂਜ ਸਲਾਹ ਸੀ, ਸਾ ਮੇਰੇ ਕੱਢਣ ਵਾਲੀ ਤੋਂ ਸਾ ਆਪਣੇ ਵਾਰੇ ਗਿਣਦਾ ਆ, ਹੁਣੇ ਉਹ ਤਾਰੇ ਗਿਣਦੀ ਹੈ ਮੈਂ ਉਹਦੇ ਲਾਰੇ ਗਿਣਦਾ ਆ, ਹੁਣੇ ਉਹ ਤਾਰੇ ਗਿਣਦੀ ਹੈ ਮੈਂ ਉਹਦੇ ਲਾਰੇ ਗਿਣਦਾ ਆ। ਬਹੁਤ ਵਧੀਆ ਸਰ, ਆਈ ਹੋਪ ਕਿ ਜਿਹੜੇ
ਸੁਨੇਹਾ ਬਸ ਬਹੁਤੀ ਅਜੇ ਇੰਨੀ ਸਾਡੀ ਔਕਾਤ ਹੈ ਨਹੀਂ ਕਿ ਸੁਨੇਹਾ ਦੇ ਸਕੇ, ਬਸ ਇੰਨੇ ਆ ਕਿ ਸਪੋਰਟ ਕਰਿਓ ਪੂਰੀ, ਆਪਾਂ ਵਧੀਆ ਤੋਂ ਵਧੀਆ ਕੰਮ ਕਰਾਂਗੇ, ਐਂਡ ਨੋਟ ਓਨਲੀ ਇਨ ਪੰਜਾਬੀ ਮਿਊਜ਼ਿਕ ਇੰਡਸਟਰੀ, ਬਾਲੀਵੁੱਡ ਵੀ ਕਰਾਂਗੇ, ਹਰ ਜਗ੍ਹਾ ਕਰਾਂਗੇ, ਪੂਰੇ ਪੰਜਾਬ 'ਚ, ਪੂਰੇ ਇੰਡੀਆ 'ਚ। ਹੈਰੀ ਜੀ, ਸਾਡੇ ਸ਼ੋਅ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।